ਉਹ ਪਲਾਸਟਿਕ ਦਾ ਬੱਚਾ ਵਾ ਉਹ ਹਰ ਚੀਜ਼ ਮੂੰਹ 'ਚ ਪਾਏਗਾ, ਉਹਨੂੰ ਨਹੀਂ ਪਤਾ ਸਾਲ ਦੇ ਬੱਚੇ ਨੂੰ। ਮੇਰੀ ਬੇਟੀ ਨੂੰ ਗਵਾਂਢੀਆਂ ਨੂੰ ਫੋਨ ਕਰਕੇ ਕਹਿੰਦਾ ਇਹਨੂੰ ਹੁਣੇ ਤੋਂ ਮੂੰਹ 'ਚ ਪਾਉਣਾ ਸਿਖਾਤਾ। ਇਹ ਮਨਪ੍ਰੀਤ ਨਾ ਵਿਆਹ ਤੋਂ ਪਹਿਲਾਂ ਉਹਦੇ ਨਾਲ ਘੁੰਮ ਰਿਹਾ, ਉਹ ਮੁੰਡਾ ਉਹਦੀ ਆਪਦੀ ਵਾਈਫ ਪਰੇਸ਼ਾਨ ਹੈ, ਰੋਜ਼ ਉਹਨੂੰ ਜਾ ਕੇ ਕੁੱਟਦਾ, ਇਹ ਉਹਨੂੰ ਹੋਟਲਾਂ 'ਚ ਲੈ ਕੇ ਜਾਂਦਾ। ਇੱਕ ਪਤੀ ਪਤਨੀ ਦੇ ਵਿਚਕਾਰ ਜੰਮ ਕੇ ਹੰਗਾਮਾ ਹੋਇਆ ਤੇ ਦੋਵਾਂ ਦੇ ਵੱਲੋਂ ਹੀ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਦੋਵਾਂ ਦੇ ਵਿਚਕਾਰ ਤਲਾਕ ਦਾ ਜੋ ਕੇਸ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਤੇ ਪਤਨੀ ਦਾ ਕਹਿਣਾ ਕਿ ਉਹ ਆਪਣੀ ਛੋਟੀ ਬੱਚੀ ਨੂੰ ਪਿਤਾ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਗਈ ਸੀ, ਪਰ ਅਚਾਨਕ ਹੀ ਉਸਦੇ ਪਤੀ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਹਨਾਂ ਦੇ ਤਲਾਕ ਦਾ ਕੇਸ ਜੋ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਤੇ ਦੂਜੇ ਪਾਸੇ ਪਤੀ ਦੇ ਵੱਲੋਂ ਵੀ ਪਤਨੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਜਿਸ ਦੇ ਵਿੱਚ ਹੁਣ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਜੋ ਹੈ ਉਹ ਉਸਦੇ ਰਿਸ਼ਤੇਦਾਰਾਂ ਨੂੰ ਗਲਤ ਮੈਸੇਜ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਤੇ ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੇ ਕਿਸੇ ਦੇ ਨਾਲ ਨਜਾਇਜ਼ ਸੰਬੰਧ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਤੀ ਪਤਨੀ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਹੰਗਾਮਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਪਤਨੀ ਦਾ ਕਹਿਣਾ ਕਿ ਉਹ ਆਪਣੀ ਛੋਟੀ ਜਿਹੀ ਬੱਚੀ ਨੂੰ ਆਪਣੇ ਪਿਤਾ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਗਈ ਸੀ, ਪਰ ਅਚਾਨਕ ਹੀ ਉਸਦੇ ਪਤੀ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਨੂੰ ਲੱਗਦਾ ਕਿ ਮੈਂ ਪੜ੍ਹੀ ਲਿਖੀ ਘੱਟ ਆ, ਵੀ ਮੈਂ ਉਹਨਾਂ ਦੇ ਲੈਵਲ ਦੀ ਨਹੀਂ ਹਾਂ। ਤੂੰ ਕਹਿੰਦੇ ਟਿੱਬਾ ਰੋਡ ਰਹਿੰਦੀ ਹਾਂ, ਅਸੀਂ ਮਾਡਲ ਟਾਊਨ 'ਚ ਰਹਿੰਦੇ ਹਾਂ। ਉਹ ਸਰ ਪੜ੍ਹਿਆ ਲਿਖਿਆ ਜ਼ਿਆਦਾ ਵਾ, ਉਹ ਕਦੇ ਮੇਰੀ ਇੰਸਟਾਗ੍ਰਾਮ ਹੈਕ ਕਰ ਲੈਂਦਾ, ਕਦੇ ਫੇਸਬੁੱਕ, ਕਦੇ ਕੁਝ, ਔਰ ਗਲਤ ਕਮੈਂਟ ਕਰਦਾ ਵਾ ਲੋਕਾਂ ਨੂੰ। ਮੇਰੀ ਆਈਡੀ ਤੋਂ ਮੇਰੇ ਨਾਮ ਰੀਤ ਬਣ ਕੇ ਲੋਕਾਂ ਨੂੰ ਮੈਸੇਜ ਕਰਦਾ ਵਾ, ਮੈਨੂੰ ਰੀਤ ਬਾਰੇ ਆਹ ਦੱਸੋ, ਮੈਨੂੰ ਰੀਤ ਬਾਰੇ ਇੱਦਾਂ ਕਰੋ, ਮੈਨੂੰ ਇੱਦਾਂ ਕਰੋ। ਲੋਕਾਂ ਨੂੰ ਲੱਖ ਲੱਖ ਰੁਪਏ ਦਿੰਦਾ ਵਾ, ਤੁਹਾਨੂੰ ਔਫਰ ਦਿੰਦਾ, ਲੱਖ ਰੁਪਏ ਦਿੰਦਾ ਵਾ, ਤੁਸੀਂ ਮੈਨੂੰ ਬਿਆਨ ਦਿਓ, ਤੁਸੀਂ ਮੇਰਾ ਤਲਾਕ ਕਰਾਉਣ 'ਚ ਮੇਰੀ ਹੈਲਪ ਕਰੋ, ਮੈਂ ਤੁਹਾਨੂੰ ਹਰ ਬੰਦੇ ਨੂੰ ਔਫਰ ਕਰਦਾ। ਦੋ ਤਿੰਨ ਵਾਰੀ ਮੇਰਾ ਫੈਸਲਾ ਹੋਇਆ, ਪਰ ਜਦੋਂ ਉਹਨਾਂ ਨੇ ਜਦੋਂ ਮੌਕੇ 'ਤੇ ਐਂਡ ਕਤ ਕਰਨ ਵਾਲਾ ਹੁੰਦਾ ਵਾ, ਫਿਰ ਉਹ ਮੁੱਕਰ ਜਾਂਦੇ। ਅਗਲੇ ਦਿਨ ਕਹਿੰਦੇ ਅਸੀਂ ਨਹੀਂ ਕਰਾਉਣਾ, ਮੇਰਾ ਮੁੰਡਾ ਡਿਪਰੈਸ਼ਨ 'ਚ ਆ, ਮੇਰਾ ਮੁੰਡਾ ਇੱਦਾਂ ਵਾ, ਝੂਠਾ ਜਾ ਕੇ ਐਡਮਿਟ ਹੋ ਜਾਂਦਾ। ਅੱਜ ਵੀ ਕੁਛ ਮੈਸੇਜ ਵਾਲਾ ਵੀ ਕੋਈ ਸੀਗਾ ਵਿੱਚ ਸੀ? ਉਹਨੇ ਪਹਿਲਾਂ ਇੰਸਟਾਗ੍ਰਾਮ 'ਤੇ ਮੇਰੀ ਬੇਟੀ ਨੂੰ, ਮੇਰੇ ਗਵਾਂਢੀਆਂ ਨੂੰ ਮੈਸੇਜ ਕਰਕੇ ਕਹਿੰਦਾ ਕਿ ਇਹਨਾਂ ਕੰਜਕਾਂ 'ਤੇ ਬੈਠਣ ਗਈ ਸੀ ਪਿੱਛੇ 'ਚ, ਇਹਨੂੰ ਪਲਾਸਟਿਕ ਦਾ ਟੋਏ ਮਿਲਿਆ, ਘਰ ਆਓ। ਅਤੇ ਉਹ ਟੋਏ ਦੇ ਗਵਾਂਢੀਆਂ ਨੂੰ ਗਿਫਟ ਕਹਿੰਦਾ ਵੀ ਉਹ ਪਲਾਸਟਿਕ ਦਾ ਬੱਚਾ ਵਾ, ਉਹ ਹਰ ਚੀਜ਼ ਮੂੰਹ 'ਚ ਪਾਏਗਾ, ਉਹਨੂੰ ਨਹੀਂ ਪਤਾ ਸਾਲ ਦੇ ਬੱਚੇ ਨੂੰ। ਮੇਰੀ ਬੇਟੀ ਨੂੰ ਗਵਾਂਢੀਆਂ ਨੂੰ ਫੋਨ ਕਰਕੇ ਕਹਿੰਦਾ ਇਹਨੂੰ ਹੁਣੇ ਤੋਂ ਮੂੰਹ 'ਚ ਪਾਉਣਾ ਸਿਖਾਤਾ। ਇੰਨੀ ਗੰਦੀ ਵਰਡਿੰਗ ਬੋਲ ਰਿਹਾ ਅਤੇ ਮੈਂ ਹਾਈਪਰ ਹੋ ਗਈ। ਮੈਂ ਸੋਚਿਆ ਵੀ ਮੈਂ ਉਹਨੂੰ ਪੁੱਛਣ ਜਾਵਾਂ ਵੀ ਜਦੋਂ ਤੂੰ ਮੈਨੂੰ ਰੱਖ ਲਾ ਜਾਂ ਮੇਰੇ ਨਾਲ ਵਨ ਸਾਈਡ ਕਰ ਲਾ। ਅੱਜ ਕੀ ਕਰਨ ਗਈ ਸੀ ਉਹਨਾਂ ਦੇ ਘਰ? ਬਸ ਮੈਂ ਉਹਨੂੰ ਪੁੱਛਣ ਗਈ ਸੀ ਵੀ ਤੂੰ ਮੈਨੂੰ ਆਈਡੀਆਂ 'ਤੇ ਮੇਰੇ ਨਾਲ ਗਲਤ ਮੈਸੇਜ ਕਿਉਂ ਕਰ ਰਿਹਾ ਵਾ, ਜਿਹੜੀ ਗੱਲ ਆ ਤੂੰ ਆਪਣੇ ਘਰਦਿਆਂ ਨੂੰ ਬਿਠਾ ਕੇ, ਰਿਸ਼ਤੇਦਾਰਾਂ 'ਚ ਬਿਠਾ ਕੇ ਬਿਹੜਾ ਗੱਲ ਕਰਨੀ, ਬਹਿ ਕੇ ਫੈਸਲਾ ਕਰ। ਉਹਨਾਂ ਦੇ ਕੋਲ ਰਾਡ ਸੀ ਮੋਟੀ ਜੀ, ਅਤੇ ਮੈਂ ਤਾਂ ਜਸਟ ਬੱਚਾ ਫੜਿਆ ਹੋਇਆ ਸੀ ਆਪਣਾ, ਮੈਨੂੰ ਸਮਝ ਨਹੀਂ ਆਈ। ਤੁਸੀਂ ਉਹਨਾਂ ਦੇ ਕੈਮਰੇ ਚੈੱਕ ਕਰਾਓ। ਇੱਕ ਬੱਚੇ ਨੂੰ ਵੀ? ਹਾਂ, ਇਹਨਾਂ ਨੂੰ ਮੇਰੀ ਬੇਟੀ ਦਾ ਦੰਦ ਤੋੜਤਾ ਉਹਨੇ ਮਾਰ ਕੇ, ਠੋਡਾ ਮਾਰੇ, ਪਤਾ ਨਹੀਂ ਕੀ ਮਾਰਿਆ। ਔਰ ਪਹਿਲਾਂ ਤੈਨੂੰ ਚੱਕ ਕੇ ਪਟਕਿਆ, ਫਿਰ ਉਹਨੂੰ ਮੈਂ ਕਹਿ ਰਹੀ ਮੈਨੂੰ ਜੋ ਮਰਜ਼ੀ ਕਹਿ ਲਾ, ਮੇਰੀ ਬੇਟੀ ਨੂੰ ਨਾ ਕੁਛ ਕਹੀ, ਮੇਰੀ ਬੇਟੀ ਨੂੰ ਨਾ ਕੁਛ ਕਹੀ। ਪਰ ਉਹਨੇ ਮੇਰੀ ਬੇਟੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਹਨੂੰ ਇਹ ਹੈ ਕਿ ਬੇਟੀ ਮਰ ਜੂਗੀ, ਮੈਨੂੰ ਹਿੱਸਾ ਦੇਣਾ ਪਊਗਾ ਕਿਉਂਕਿ ਮੇਰਾ ਕੋਰਟ ਕੇਸ ਚੱਲ ਰਿਹਾ ਵਾ। ਉਹ ਪਹਿਲਾਂ ਗਾਲਾਂ, ਆਈ ਮੀਨ ਜਦੋਂ ਦਾ ਕੇਸ ਹੋਇਆ ਨਾ ਉਦੋਂ ਦਾ ਮੈਂ ਗਾਲਾਂ ਵਾਰ ਵਾਰ ਕਰਦੀ ਪਈ ਹੈ, ਅਤੇ ਪਹਿਲਾਂ ਵੀ ਇੱਦਾਂ ਆਈ ਹੋਈ ਹੈ। ਅੱਜ ਮੈਂ ਬਾਹਰ ਨਿਕਲਿਆ ਤਾਂ ਹੱਥਾਂ ਪਾਈ ਹੋ ਗਈ, ਅਤੇ ਫਿਰ ਉਹਦਾ ਲਵਰ ਵੀ ਨਾਲ ਆ ਗਿਆ, ਫਿਰ ਬਾਅਦ 'ਚ ਉਹਨੇ ਵੀ ਕੁੱਟਿਆ ਮੈਨੂੰ, ਮੇਰੀ ਮੰਮੀ ਨੂੰ ਵੀ ਕੁੱਟਿਆ। ਬਸ ਇੱਦਾਂ ਦੀ ਗੱਲ ਹੋਈ ਹੈ। ਅਤੇ ਜਿਹੜਾ ਆਪਣਾ ਇੱਕ ਬੱਚਾ ਵਾ, ਬੱਚੇ ਦਾ ਵੀ ਕਹਿੰਦੇ ਦੰਦ ਟੁੱਟਿਆ ਵਾ ਹੱਥਾਂ ਪਾਈ 'ਚ, ਹੁਣ ਉਹ ਹਿਊਮਨ ਸ਼ੀਲਡ ਵਾਂਗ ਵਰਤ ਰਹੀ ਹੈ, ਲੜਨ ਆਈ ਹੈ ਜਾਣ ਕੇ, ਨਾਲ ਬੱਚਾ ਚੱਕਿਆ ਹੋਇਆ। ਅਤੇ ਉਹ ਇਹ ਵੀ ਕਹਿ ਰਹੀ ਹੈ, ਕਹਿੰਦੇ ਵੀ ਤੁਸੀਂ ਉਹਨਾਂ ਦੀ ਆਈਡੀ ਇੰਸਟਾ ਜਾਂ ਹੋਰ ਹੈਕ ਕਰਕੇ ਕੋਈ ਸਬੂਤ ਦਵੇ, ਕੋਈ ਮੈਸੇਜ ਕਹਿੰਦੇ ਕੀਤੇ ਆ, ਸਬੂਤ ਦਵੇ ਕੋਈ।
ਤੇ ਕਿੰਨੀ ਦੇਰ ਹੋ ਗਈ ਕੇਸ ਚੱਲਦੇ ਨੂੰ? ਡੇਢ ਸਾਲ ਆਈ ਥਿੰਕ, ਨਵੰਬਰ 2022 'ਚ ਸ਼ੁਰੂ ਕੀਤਾ ਸੀ ਉਹਨੇ। ਇਹ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ? ਅਰੇਂਜ ਸੀ, ਅਰੇਂਜ ਸੀਗੀ। ਅਤੇ ਹੁਣ ਅੱਜ ਜਿਹੜਾ ਹੈਗਾ, ਅੱਜ ਉਹਨਾਂ ਵੱਲੋਂ ਵੀ ਤੁਹਾਡੇ 'ਤੇ ਹੱਥ ਚੱਕਿਆ ਗਿਆ ਵਾ? ਹਾਂਜੀ, ਉਹ ਤਾਂ ਸਪੈਸ਼ਲ ਗੁੰਡਾ ਲੈ ਕੇ ਆਏ ਸੀ ਇਹ ਮਨਪ੍ਰੀਤ ਨਾ, ਵਿਆਹ ਤੋਂ ਪਹਿਲਾਂ ਉਹਦੇ ਨਾਲ ਘੁੰਮ ਰਿਹਾ ਉਹ ਮੁੰਡਾ। ਉਹਦੀ ਆਪਦੀ ਵਾਈਫ ਪਰੇਸ਼ਾਨ ਹੈ, ਰੋਜ਼ ਉਹਨੂੰ ਜਾ ਕੇ ਕੁੱਟਦਾ, ਇਹ ਉਹਨੂੰ ਹੋਟਲਾਂ 'ਚੋਂ ਲੈ ਕੇ ਜਾਂਦਾ।